ਇਹ ਧਰਨਾ ਹੀ ਲਾਇਆ ਜੀ ਅੱਜ ਅੰਬਾਲਾ ਮੰਡੀ ਅੰਮ੍ਰਿਤਸਰ ਰੇਲ ਜਲੰਧਰ ਅੰਮ੍ਰਿਤਸਰ ਰੇਲ 'ਤੇ ਇਹ ਧਰਨਾ ਲਾਇਆ ਗਿਆ ਵਾ ਸਾਡੀ ਹੈਗੇ ਭਾਰਤੀ ਕਿਸਾਨ ਏਕਤਾ ਗਰਾਂ ਵੱਲੋਂ ਜੋ ਕਿ ਆੜ ਆ ਮੋਰਚਾ ਲੱਗਾ ਕਿਸਾਨਾਂ ਲਾਇਆ ਦਿੱਲੀ ਗਏ ਸ਼ੰਭੂ ਬਾਰਡਰ 'ਤੇ ਖਨੌਰੀ ਬਾਰਡਰ 'ਤੇ ਟਿੱਕਰੀ ਬਾਰਡਰ 'ਤੇ ਸਾਡੇ ਬੰਦੇ ਰੋਕੇ ਆ ਉਹਨਾਂ ਤੋਂ ਸਚੱਦਰ ਕਰਨ ਡਿਆ ਆ ਉਹਦੇ ਰੋਸ ਵਜੋਂ ਅੱਜ ਹਾਂ ਰੇਲਾਂ ਜਾਮ ਕੀਤੀਆਂ 12 ਤੋਂ 4 ਵਜੇ ਤੱਕ ਜਥੇਬੰਦੀ ਦੇ ਹੁਕਮ ਅਨੁਸਾਰ ਜੋ ਕਿ ਮੰਗਾਂ ਸਾਡੀਆਂ ਵਾ ਇਹ ਬੜੇ ਚਿਰ ਤੋਂ ਲੜਦੀਆਂ ਆਉਂਦੀਆਂ ਵਾਂ ਪਿੱਛੇ ਵੀ 13 ਮਹੀਨੇ ਸਾਡਾ ਮੋਰਚਾ ਲੱਗਾ ਰਿਹਾ ਦਿੱਲੀ ਉੱਥੇ ਸਾਰੀਆਂ ਮੰਗਾਂ ਮੰਨ ਕੇ ਅਤੇ ਸਰਕਾਰ ਮੰਨ ਲਈ ਕਿ ਲਾਗੂ ਨਹੀਂ ਕਰਦੀ ਜਦ ਤੱਕ ਲਾਗੂ ਨਹੀਂ ਕਰਦੀ ਇਹ ਸੰਘਰਸ਼ ਇੱਦਾਂ ਚੱਲਦਾ ਰਹੂਗਾ ਇਹ ਸੈਂਟਰ ਦੀ ਖੋਤੀ ਸਰਕਾਰ ਆ ਇਹ ਮੱਧ ਸੋਚੇ ਵੀ ਕਿਸਾਨ ਜਿਹੜੇ ਆ ਇਹ ਚੁੱਪ ਕੇ ਬਹਿ ਜਾਣਗੇ ਇਹ ਤਾਂ ਜਦ ਸ਼ੁਰੂਆਤ ਹੀ ਹੋਈ ਆ ਅਤੇ ਪਹਿਲੇ ਮੋਰਚੇ ਨੇ ਸਾਨੂੰ ਬਹੁਤ ਕੁਛ ਸਿਖਾ ਦਿੱਤਾ ਵਾ ਹਾਂਜੀ ਅਸੀਂ ਇਹ ਝੁਕਣ ਵਾਲੇ ਨਹੀਂ ਗਏ ਮੈਨੂੰ ਪਤਾ ਵੀ ਜਿਹੜੀ ਆ ਪੰਜਾਬ ਦੀ ਜਨਤਾ ਵਾਲੀ ਪੰਜਾਬੀ ਆ ਪੰਜਾਬੀ ਕਦੀ ਕਿਸੇ ਝੁਕਿਆ ਨਹੀਂ ਗਾ ਅਤੇ ਇਸ ਕਰਕੇ ਮੋਦੀ ਨੂੰ ਭੁਲੇਖਾ ਵਾ ਇਹ ਭੁਲੇਖਾ ਆਪਣਾ ਦੂਰ ਕਰਦੇ ਇਹ ਸਾਡੇ ਜਿਹੜੇ ਵੀਰ ਆ ਇਹ ਜਾਨਾਂ ਦੇਣ ਤੋਂ ਪਰਵਾਹ ਨਹੀਂ ਕਰਦੇ ਅਤੇ ਇਹ ਆਪਣੇ ਨਾਲ ਰਾਸ਼ਨ ਲੈ ਕੇ ਸਾਫ ਸਾਫਾ ਚੱਲਦੇ ਆ ਪਹਿਲਾਂ ਵੀ ਉੱਥੇ ਰਹੇ ਅਸੀਂ ਇਹਨਾਂ ਜਾਤ ਸਾਨੂੰ ਸਿਖਾਈ ਆ ਅਸੀਂ ਤਾਂ ਸ਼ਾਂਤਮਈ ਚੱਲਦੇ ਹਾਂ ਕੋਈ ਰਸਤਾ ਨਹੀਂ ਰੋਕਿਆ ਕੋਈ ਗੱਲ ਨਹੀਂ ਇਹਨਾਂ ਨੇ ਆਪ ਸੜਕ 'ਤੇ ਬੜੇ ਬੜੇ ਬੈਰੀਅਰ ਲਾ ਕੇ ਇੱਦਾਂ ਜਿੱਦਾਂ ਪਾਕਿਸਤਾਨ 'ਤੇ ਇੰਨੀ ਸਖਤਾਈ ਪਾਕਿਸਤਾਨ ਅਤੇ ਪੰਜਾਬ ਦੀ ਸਰਹੱਦ ਕਿਸੇ ਨੇ ਕੀ ਜਿੰਨੀ ਇਹਨਾਂ ਉੱਥੇ ਉਸ ਬਾਰਡਰ 'ਤੇ ਜਿੰਨੀ ਫੋਰਸ ਲਾਈ ਆ ਅਤੇ ਉਹ ਜੋ ਕੰਟਰੋਲ ਰਾਹੀਂ ਬੰਬ ਸੁੱਟਣ ਡਏ ਆ SRR ਦੀਆਂ ਗੋਲੀਆਂ ਚੱਲਣ ਡੀਆਂ ਉੱਥੇ ਬਿਲਕੁਲ ਇਹੋ ਜਿਹਾ ਵਰਤੀਲਾ ਕੰਡ ਇੱਦਾਂ ਵਰਤੀਲਾ ਬਾਰਡਰ 'ਤੇ ਵੀ ਦੁਸ਼ਮਣਾ ਕਰਦੇ ਜੋ ਇਹਨਾਂ ਆਪਣੇ ਕਿਸਾਨਾਂ ਨੂੰ ਵਰਤੀਲਾ ਕੀਤਾ ਆ ਇਹਨਾਂ ਨੂੰ ਕੋਈ ਸਬਕ ਨਾ ਸਕਦਾ ਇੱਥੋਂ ਅਤੇ ਬਾਕੀ ਜਿਹੜੀਆਂ ਮੰਗਾਂ ਸਾਡੀਆਂ ਬਿਲਕੁਲ ਜਾਇਜ਼ ਮੰਗਾਂ ਵਾ ਬੜੇ ਚਿਰ ਤੋਂ ਲੜਕਦੀਆਂ ਆਉਂਦੀਆਂ ਵਾ ਇੱਕ ਬੰਨੇ ਨਾਨਾ ਕਮਿਸ਼ਨ ਨੂੰ ਇਹ ਹੁਣ ਉਹਨੂੰ ਸਵਾਮੀ ਨਾਥਨ ਕਮਿਸ਼ਨ ਨੂੰ ਵੀ ਇਹ ਸਮਾਪਤ ਕਰਨ ਡੇ ਪੁਰਸਕਾਰ ਦੇਣ ਡੇ ਮਰੇ ਨੂੰ ਵੀ ਅਤੇ ਉਹਨਾਂ ਉਹਦੀ ਰਿਪੋਰਟ ਦੀ ਅੱਜ ਤੱਕ ਲਾਗੂ ਕੀਤੀ ਜੋ ਕਿ ਸੁਪਰੀਮ ਕੋਰਟ ਨੇ ਵੀ ਕਿਹਾ ਵੀ ਰਿਪੋਰਟ ਲਾਗੂ ਕਰਨ ਵਾਸਤੇ ਇਹਨਾਂ ਨੇ ਰਿਪੋਰਟ ਲਾਗੂ ਨਹੀਂ ਕੀਤੀ ਜੇ ਜੋ ਕਮੇਟੀਆਂ ਬਣਾਉਂਦੇ ਆ ਉਹ ਕਮੇਟੀਆਂ ਜੋ ਫੈਸਲੇ ਦਿੰਦੀਆਂ ਮੁੜ ਕੇ ਉਸ ਫੈਸਲੇ ਚੱਲਦੀਆਂ ਵੀ ਨਹੀਂ ਇਹ ਉਸ ਫੈਸਲੇ ਤੋਂ ਚੱਲਣ ਅਤੇ ਜੇ ਉਹਨਾਂ ਨੇ ਕਮੇਟੀ ਬਣਾਈ ਸੀ ਉਹ ਨਾਨਾ ਕਮਿਸ਼ਨ ਦੀ ਫਿਰ ਬਾਅਦ 'ਚ ਬਣਾਈ ਇਹਨਾਂ ਨੇ ਆ ਸਵਾਮੀ ਨਾਥਾ ਕਮਿਸ਼ਨ ਦੀ ਉਹ ਚਲਾ ਮਰ ਗਿਆ ਵਾ ਰਿਪੋਰਟ ਲਾਗੂ ਕਰ ਗਿਆ ਉਹ ਅਗਲਾ ਜਿਹੜਾ ਐਕਸ਼ਨ ਪਲਾਨ ਕੋਈ ਵੀ ਸੂਬਾ ਕਮੇਟੀ ਜਾਂ ਸੰਯੁਕਤ ਮੋਰਚਾ ਜਿਸ ਤਰ੍ਹਾਂ ਦਾ ਵੀ ਐਕਸ਼ਨ ਪਲਾਨ ਕਰੂ ਦਊਗਾ ਉਸ ਨੂੰ ਕਾਲ ਨੂੰ ਜਿਹੜਾ ਆਪਾਂ ਇਨ ਪਿੰਡ ਲਾਗੂ ਕਰਾਂਗੇ ਇਹ 12 ਤੋਂ 4 ਦਾ ਧਰਨਾ ਹੈ ਅਰਾਊਂਡ 350-400 ਦਾ ਇਸ ਵੇਲੇ ਤੱਕ ਇਕੱਠ ਹੋ ਚੁੱਕਾ ਹੈ ਅਤੇ ਬਾਕੀ ਪੀਸਫੁਲ ਪ੍ਰੋਟੈਸਟ ਹੈ ਅਤੇ ਮੈਂ ਵੀ ਇਹੀ ਅਪੀਲ ਕਰਦਾ ਕਿ ਪੀਸਫੁਲ ਹੀ ਰਹੇ ਕਿੱਥੇ ਲਗਾਇਆ ਗਿਆ ਕਿਸਾਨਾਂ ਵੱਲੋਂ ਪਲੀਜ਼ ਕਿਹੜਾ ਜਗ੍ਹਾ ਕਰੀਏ ਇਹ ਵੱਲਾ ਜੇ ਕੋਈ ਸ਼ਰਾਰਤ ਕਰਦਾ ਤਾਂ ਕੋਈ ਵਿਲ ਟੇਕ ਅਪਰੋਪਰੀਏਟ ਐਕਸ਼ਨ ਲਵਾਂਗੇ ਜੀ